ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਇਦਾਂ ਦਾ ਟੌਪਿਕ ਲੈ ਕੇ ਆਉਣਾ ਚਾਹੁੰਦੀ ਆ ਜੋ ਕਿ ਐਨਆਰਆਈਜ਼ ਨਾਲ ਰਿਲੇਟਡ ਹੈ ਐਂਡ ਦਾਉਰੀ ਦੇ ਨਾਲ ਰਿਲੇਟਡ ਹੈ ਦਾਜ ਦੇ ਨਾਲ ਤਾਂ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਅਪੀਲ ਹੈ ਇੱਕ ਰਿਕੁਐਸਟ ਹੈ ਔਰ ਇੱਕ ਕੁਐਸਚਨ ਵੀ ਹੈ ਜੋ ਮੈਂ ਤੁਹਾਡੇ ਸਾਰਿਆਂ ਕੋਲੋਂ ਪੁੱਛਣਾ ਚਾਹੁੰਦੀ ਆ 2013 ਦੀ ਗੱਲ ਹੈ ਮੈਂ ਪੰਜਾਬ ਦੇ ਵਿੱਚ ਇੱਕ ਮੈਰਿਜ ਤੇ ਗਈ ਸੀਗੀ ਐਂਡ ਉੱਥੇ ਜੋ ਮੇਰੇ ਰਿਲੇਟਿਵਸ ਹੈਗੇ ਆ ਸਾਰੇ ਹੀ ਐਨ ਆਰ ਆਈਜ਼ ਹੈਗੇ ਆ ਔਰ ਮੈਰਿਜ ਵੀ ਐਨ ਆਰ ਆਈ ਦੀ ਹੀ ਸੀਗੀ ਤਾਂ ਮੈਂ ਉੱਥੇ ਇਟਲੀ ਦੇ ਵਿੱਚ ਐਂਡ ਸਵੀਡਨ ਦੇ ਵਿੱਚ ਜੋ ਮੁੰਡੇ ਕੰਮ ਕਰਦੇ ਆ ਉਹਨਾਂ ਨੂੰ ਬਹੁਤ ਘੱਟ ਪੈਸਾ ਬੰਦਾ ਹੈ ਤਾਂ ਉਹਨਾਂ ਉਹਨਾਂ ਦੀ ਜਿਹੜੀ ਮੈਰਿਜ ਵੈਲਿਊ ਹੈਗੀ ਆ ਜੋ ਮੈਂ ਨੋਟਿਸ ਕੀਤਾ ਮੈਂ ਉਹ ਗੱਲ ਕਰ ਰਹੀ ਆ ਕਿ ਕਾਫੀ ਘੱਟ ਹੈ ਪੰਜਾਬ ਦੇ ਵਿੱਚ ਕੰਟਰੀਜ਼ ਨੂੰ ਦੇਖ ਕੇ ਛੋਟੀ ਕੰਟਰੀ ਔਰ ਵੱਡੀ ਕੰਟਰੀ ਦੇ ਹਿਸਾਬ ਨਾਲ ਸਟੇਟਸ ਦੇ हिसाब ਨਾਲ ਮੈਰਿਜ ਦੇ ਵਿੱਚ ਖਰਚਾ ਕੀਤਾ ਜਾਂਦਾ ਹੈ। ਔਰ ਉੱਥੇ ਦੀਆਂ ਜੋ ਕੁੜੀਆਂ ਨੇ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਤਾਂ ਮੈਨੂੰ ਇਦਾਂ ਦੀ ਫੀਲਿੰਗ ਹੋਈ ਕਿ ਕੁੜੀਆਂ ਵੀ ਸਿਰਫ ਐਨਆਰਆਈ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀਆਂ ਨੇ। ਮੈਕਸਿਮਮ ਕੁੜੀਆਂ ਜੱਟਾਂ ਦੀਆਂ ਔਰ ਜ਼ਿਮੀਦਾਰਾਂ ਦੀਆਂ ਔਰ ਮੀਡੀਅਮ ਕਲਾਸ ਜਿਨ੍ਹਾਂ ਦੇ ਰਿਸ਼ਤੇਦਾਰ ਬਾਹਰ ਆ ਤਾਂ ਸਿਰਫ ਬਾਹਰ ਵਾਲੇ ਮੁੰਡਿਆਂ ਨਾਲ ਹੀ ਮੈਰਿਜ ਕਰਵਾਉਣਾ ਚਾਹੁੰਦੀਆਂ ਨੇ। ਕੋਈ ਵੀ ਕੁੜੀ ਪੰਜਾਬ 'ਚ ਰਹਿ ਕੇ ਇੰਡੀਅਨ ਮੁੰਡੇ ਨਾਲ ਵਿਆਹ ਕਰਵਾ ਕੇ ਖੁਸ਼ ਨਹੀਂ ਹੈ। ਮੈਂ ਰੀਜ਼ਨ ਪੁੱਛਿਆ ਕਿ ਬਾਹਰ ਬਹੁਤ ੱੱਕੇ ਨੇ ਇਹਨਾਂ ਦੇ ਖर्चे ਵੀ ਪੂਰੇ ਨਹੀਂ ਹੁੰਦੇ ਕਿਉਂਕਿ ਜਿੰਨੀ ਵੇਜ ਛੜ ਡਾਇਰ ਔਰ ਜੋ ਕੰਮ ਕਰਦੇ ਨੇ ਇਹਨਾਂ ਨੂੰ ਕਾਫੀ ਘੱਟ ਵੇਜ ਤੇ ਉੱਥੇ ਬੁਲਾਇਆ ਗਿਆ ਹੈ ਜਿਨ੍ਹਾਂ ਦੇ ਬਿਜ਼ਨਸ ਹੈ ਜਿਨ੍ਹਾਂ ਦੇ ਆਪਣੇ ਕੰਮ ਹੈ ਜੋ ਕੰਸਟਰਕਸ਼ਨ ਚ ਨੇ ਜਾਂ ਟ੍ਰਾਂਸਪੋਰਟਰ ਨੇ ਉਹਨਾਂ ਤੇ ਤਾਂ ਬਹੁਤ ਇਨਕਮ ਹੈ ਪਰ ਤੁਸੀਂ ਅਗਰ ਐਨਆਰਆਈ ਨਾਲ ਹੀ ਵਿਆਹ ਕਰੋਗੇ ਤਾਂ ਜੋ ਤੁਸੀਂ ਸੋਚ ਕੇ ਵਿਆਹ ਕਰਕੇ ਬਾਹਰ ਜਾ ਰਹੇ ਹੋ ਉਹ ਚੀਜ਼ ਤੁਹਾਨੂੰ ਉੱਥੇ ਮਿਲਣੀ ਨਹੀਂ ਹੈ ਤਾਂ ਅਗੂ ਕੁੜੀਆਂ ਦਾ ਰਿਐਕਸ਼ਨ ਮੈਂ ਦੇਖਿਆ ਕਿ ਅਗਰ ਅਸੀਂ ਇੰਡੀਅਨ ਮੁੰਡੇ ਨਾਲ ਵਿਆਹ ਕਰ ਲਿਆ ਤਾਂ ਸਾਡੇ ਤਾਂ ਸੂਟਾਂ ਦੇ ਖਰਚੇ ਵੀ ਪੂਰੇ ਨਹੀਂ ਹੋਣੇ। ਜਦੋਂ ਕੁੜੀਆਂ ਇਦਾਂ ਦੀ ਸੋਚ ਰੱਖਦੀਆਂ ਨੇ ਉਹਨਾਂ ਨੂੰ ਐਜੂਕੇਸ਼ਨ 'ਚ ਕੋਈ ਇੰਟਰਸਟ ਨਹੀਂ ਹੈ ਮੈਂ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰ ਰਹੀ ਮੈਂ ਉਹਨਾਂ ਦੀ ਕਰ ਰਹੀ ਹਾਂ ਜਿਨ੍ਹਾਂ ਦੀ ਇਦਾਂ ਦੀ ਸੋਚ ਹੈ ਉਹ ਸਿਰਫ ਪੜਾਈ ਟਾਈਮ ਪਾਸ ਲਈ ਕਰਦੀਆਂ ਨੇ ਔਰ ਆਇਲਟ ਦਾ ਕੋਰਸ ਕਰਕੇ ਬਾਹਰ ਜਾਣ ਦੀ ਹੀ ਉਹਨਾਂ ਦੀ ਮੈਕਸਿਮਮ ਟ੍ਰਾਇਲ ਹੁੰਦੀ ਹੈ ਕਿ ਅਸੀਂ ਬਾਹਰ ਜਾਣਾ ਹੈ। ਚਾਹੇ ਉੱਥੇ ਜਾ ਕੇ ਅਸੀਂ ਕੱਪੜੇ ਸੀਏ ਚਾਹੇ ਉੱਥੇ ਜਾ ਕੇ ਅਸੀਂ ਕੁਝ ਵੀ ਕੰਮ ਕਰੀਏ ਪਰ ਅਸੀਂ ਰਹਿਣਾ ਨਹੀਂ ਹੈ ਇੰਡੀਆ 'ਚ ਔਰ ਅਸੀਂ ਇੰਡੀਅਨ ਮੁੰਡੇ ਦੇ ਨਾਲ ਮੈਰਿਜ ਵੀ ਨਹੀਂ ਕਰਵਾਣੀ ਇਹ ਤਾਂ ਉਹਨਾਂ ਦੀ ਸੋਚ ਹੈ ਔਰ ਦੂਸਰਾ ਜੋ ਸਿਸਟਮ ਹੈ ਪੰਜਾਬ ਦਾ ਅਗਰ ਤੁਸੀਂ ਐਨਆਰਆਈ ਮੁੰਡੇ ਨਾਲ ਵਿਆਹ ਕਰਨਾ ਹੈ ਉਹਨਾਂ ਦੀ ਅਲੱਗ-ਅਲੱਗ ਡਿਮਾਂਡ ਹੈ ਕੰਟਰੀ ਦੇ ਹਿਸਾਬ ਨਾਲ ਉਹਨਾਂ ਦੇ ਅਲੱਗ-ਅਲੱਗ ਰੇਟ ਹੈ ਉਹਨਾਂ ਦੇ ਮੈਰਿਜ ਦੇ ਮੰਥ ਅਲੱਗ-ਅਲੱਗ ਹੈ ਔਰ ਮੈਂ ਉਹਨਾਂ ਨੂੰ ਪੁੱਛਦੀ ਹਾਂ ਜੋ ਮੁੰਡੇ ਐਨਆਰਆਈਜ਼ ਨੇ ਪੰਜਾਬੀ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਆਪਣੇ ਸਿੱਖ ਭਰਾਵਾਂ ਕੋਲ ਪੁੱਛਦੀਆਂ ਕਿ ਭਰਾਓ ਤੁਸੀਂ ਮੈਨੂੰ ਦੱਸੋ ਜਦੋਂ ਤੁਸੀਂ ਬਾਹਰ ਜਾਣਾ ਸੀ ਤਾਂ ਤੁਹਾਡੇ ਕੀ ਕੋਸ਼ਿਸ਼ਾਂ ਸੀਗੀਆਂ ਬਾਹਰ ਜਾਣ ਲਈ ਤੁਸੀਂ ਕਿੰਨਾ ਪੈਸਾ ਲਗਾਇਆ ਜਾਂ ਕੀ ਡਾਕੂਮੈਂਟੇਸ਼ਨ ਕੀਤਾ ਜਾਂ ਤੁਸੀਂ ਕਿੱਦਾਂ ਬਾਹਰ ਸੈਟਲ ਹੋਏ ਯੂਰਪ ਦੇ ਵਿੱਚ ਕੰਮ ਕਰਨ ਵਾਲੇ ਜੋ ਬਿਜ਼ਨਸ ਨਹੀਂ ਕਰਦੇ ਜੋ ਮਾਰਕੀਟਾ ਨਹੀਂ ਲਗਾਉਂਦੇ ਜਾਂ ਜਿਨ੍ਹਾਂ ਦੇ ਆਪਣੇ ਹੋਟਲਸ ਵਗੈਰਾ ਨਹੀਂ ਹੈ ਉਹਨਾਂ ਨੂੰ ਉੱਥੇ ਕਿੰਨਾ ਪੈਸਾ ਬੰਦਾ ਹੈ ਔਰ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਕਿੰਨੀ ਸਟਰਗਲ ਤੁਸੀਂ ਕਰਦੇ ਹੋ ਕਿੰਨਾ ਕੰਮ ਤੁਸੀਂ ਕਰਦੇ ਹੋ ਔਰ ਕਿੰਨੇ ਪੈਸੇ ਤੁਸੀਂ ਬਣਾਉਂਦੇ ਹੋ ਔਰ ਕੈਨੇਡਾ ਔਰ ਅਮਰੀਕਾ ਵਾਲੇ ਲੋਕਾਂ ਕੋਲੋਂ ਮੈਂ ਪੁੱਛਦੀ ਹਾਂ ਕਿ 84 ਦਾ ਜਰਾਇਟ ਹੋਇਆ ਉਹਦੇ ਬਾਅਦ ਤੁਸੀਂ ਬਾਹਰ ਜਾ ਕੇ ਖਾਲਿਸਤਾਨ ਦੇ ਬੇਸ ਤੇ ਤੁਸੀਂ ਸਿਟੀਜ਼ਨ ਬਣੇ ਹੋ ਔਰ ਉੱਥੇ ਦੇ ਤੁਸੀਂ ਨਾਗਰਿਕ ਬਣੇ ਹੋ ਪਰ ਮੈਨੂੰ ਤੁਸੀਂ ਉਹ ਦੱਸੋ ਕਿ ਜਦੋਂ ਤੁਸੀਂ ਥੋ ਗਏ ਸੀ ਜਦੋਂ ਤੁਸੀਂ ਇੰਡੀਆ ਤੋਂ ਗਏ ਸੀਗੇ ਤਾਂ ਤੁਹਾਡੀ ਕੀ ਸਟਰਗਲ ਸੀਗੀ ਤੁਸੀਂ ਮੈਨੂੰ ਦੱਸੋ ਤੁਸੀਂ ਕਿੰਨੇ ਘੰਟੇ ਕੰਮ ਕੀਤਾ ਔਰ ਤੁਹਾਡੇ ਪਹਿਲੇ ਦਿਨ ਦੀ ਕਮਾਈ ਕਿੰਨੀ ਸੀ ਪਹਿਲੇ ਵੀਕ ਦੀ ਕਮਾਈ ਕਿੰਨੀ ਸੀ ਔਰ ਕਿੰਨੇ ਸਾਲ ਲੱਗੇ ਤੁਹਾਨੂੰ ਕਾਮਯਾਬ ਹੋਣ ਲਈ ਔਰ ਕੀ ਕੀ ਤੁਸੀਂ ਚੂਟ ਬੋਲਿਆ ਕੀ ਕੀ ਡਾਕੂਮੈਂਟੇਸ਼ਨ ਤੁਸੀਂ ਪ੍ਰੈਜ਼ੈਂਟ ਕੀਤਾ ਉਹਦੇ ਬਾਅਦ ਤੁਹਾਨੂੰ ਉਹ ਕੰਟਰੀਆਂ ਦੇ ਪਾਸਪੋਰਟ ਮਿਲੇ ਹੈ ਤੁਹਾਨੂੰ ਉੱਥੇ ਦੀ ਸਟੇਟਸ ਮਿਲੀ ਹੈ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਕਿ ਜਿਨ੍ਹਾਂ ਨੂੰ 84 ਦੀ ਵਜ੍ਹਾ ਨਾਲ ਸਿਟੀਜ਼ਨਸ਼ਿਪ ਮਿਲੀ ਹੈ ਉਹ ਅਸਾਲਮ ਦੇ ਬੇਸ ਤੇ ਮਿਲੀ ਹੈ ਔਰ ਉਹਨਾਂ ਨੇ ਅਮਰਜੈਂਸੀ ਡਿਕਲੇਅਰ ਕਰਕੇ ਜੋ ਲਈ ਹੈ ਔਰ ਉਹਨਾਂ ਦੀ ਥਿੰਕਿੰਗ ਵੀ ਅਜ ਉਦਾਂ ਦੀ ਹੈ ਔਰ ਉਹ 84 ਨੂੰ ਕਦੇ ਨਹੀਂ ਭੁੱਲ ਸਕਦੇ ਦੂਸਰੀ ਚੀਜ਼ ਜਿਹੜੀ ਹੈਗੀ ਹੈ ਪਲੀਜ਼ ਮੈਨੂੰ ਇਹ ਗੱਲ ਦੱਸੋ ਜਦ ਤੁਸੀਂ ਖੁਦ ਆਪਣੇ ਦੇਸ਼ ਚੋਂ ਬਾਗੀ ਹੋ ਕੇ ਪੱਜੇ ਸਿਗੇ ਕਿਸੇ ਨਾ ਕਿਸੇ ਵਜ੍ਹਾ ਨਾਲ ਗਏ ਸਿਗੇ ਦੂਸਰੇ ਦੇਸ਼ ਦੇ ਵਿੱਚ ਤੁਸੀਂ ਸ਼ਰਨ ਲੈ ਕੇ ਉੱਥੇ ਤੁਸੀਂ ਕਾਮਯਾਬੀ ਲਈ ਹੈ ਔਰ ਕਿੱਦਾਂ ਲਈ ਹੈ ਇਹ ਮੈਂ ਵੀ ਜਾਣਦੀ ਆਂ ਔਰ ਤੁਸੀਂ ਵੀ ਜਾਣਦੇ ਹੋ ਕਿ ਤੁਸੀਂ ਕਿੰਨੀ ਸਟਰਗਲ ਕੀਤੀ ਹੈ ਅਗਰ ਟੈਕਸੀਆਂ ਚਲਾਈਆਂ ਹਨ ਤਾਂ ਕਿੰਨੇ-ਕਿੰਨੇ ਘੰਟੇ ਕਿੰਨੀਆਂ-ਕਿੰਨੀਆਂ ਰਾਤਾਂ ਤੁਸੀਂ ਕੰਮ ਕੀਤਾ ਹੈ ਜਾਂ ਤੁਸੀਂ ਕੰਸਟਰਕਸ਼ਨ ਸ਼ੇ ਵੀ ਕੰਮ ਕੀਤਾ ਹੈ ਤਾਂ ਕਿੰਨੇ-ਕਿੰਨੇ ਘੰਟੇ ਕੰਮ ਕੀਤਾ ਹੈ ਔਰ ਕਿੱਦਾਂ ਕੰਮ ਕੀਤਾ ਔਰ ਕਿੱਦਾਂ ਪੈਸੇ ਬਣਾਏ ਹਨ ਔਰ ਅੱਜ ਮੈਂ ਤੁਹਾਡੇ ਕੋਲ ਵੀ ਪੁੱਛਦੀ ਆਂ ਕਿ ਤੁਹਾਡਾ ਬ੍ਰਾਂਡ ਕੀ ਹੈ ਅਮਰੀਕਨ ਬ੍ਰਾਂਡ ਕੈਨੇਡੀਅਨ ਬ੍ਰਾਂਡ इटली जर्मनी यूरोप ब्रांड या ऑस्ट्रेलियन ब्रांड या इंग्लैंड का ब्रांड इंग्लैंड का ब्रांड वैसे हम ख़त्म हो गया इंग्लैंड सिटीजनशिप मिलती नहीं है तो थोड़ा ब्रांड की है अपने ब्र ब्रांड के हिसाब नेट टैग लगया हो उस रेट टैग के अंदर तुम एक अपनी एक फीस फिक्स कर दे हो कि मुंड, अगर जा, मुंडा अगर यूरोपीयन इटली ज मुडा या जर्मन यूरोप पूरा ही लगा लो ਯੂਰਪ ਦੇ ਮੁੰਡੇ ਦੇ ਵਿਆਹ ਦੇ ਵਿੱਚ ਤਕਰੀਬਨ 50 ਤੋਂ 60 ਲੱਖ ਰੁਪਏ ਦਾ ਖਰਚਾ ਕੀਤਾ ਜਾਂਦਾ ਹੈ। ਅਗਰ ਮੁੰਡਾ ਕੈਨੇਡੀਅਨ ਹੈ ਤਾਂ ਤਕਰੀਬਨ 70-80 ਤੋਂ ਲੈ ਕੇ ਕਰੋੜ ਤੱਕ ਦਾ ਖਰਚਾ ਕੀਤਾ ਜਾਂਦਾ ਹੈ। ਔਰ ਅਗਰ ਮੁੰਡਾ ਅਮਰੀਕਨ ਸਿਟੀਜ਼ਨ ਹੈ ਤਾਂ ਤੁਸੀਂ ਉਹਨੂੰ ਸਮਝ ਲਓ ਕਿ 2 ਕਰੋੜ ਤੱਕ 1.5 ਕਰੋੜ ਤੱਕ ਨਾਰਮਲ ਉਹਨਾਂ ਦੀ ਡਿਮਾਂਡ ਹੈ। ਇਹ ਉਹਨਾਂ ਦਾ ਰੇਟ ਟੈਗ ਹੈ। ਤਾਂ ਮੈਂ ਅੱਜ ਇਹਨਾਂ ਸਾਰੇ ਬ੍ਰਾਂਡਾਂ ਕੋਲ ਪੁੱਛਤੀ ਹਾਂ। ਕਿ ਆਪਣੇ ਆਪ ਨੂੰ ਵੇਚਣ ਦੇ ਤਾਂ ਤੁਸੀਂ ਟੈਗ ਲਗਾ ਲੇ ਤੁਹਾਡੇ ਅੰਦਰ ਦੀ ਸੈਲਫ ਕੌਨਸ਼ੀਅਸ ਤੁਹਾਨੂੰ ਪੁੱਛਦੀ ਨਹੀਂ ਹੈ ਕਿ ਆਪਣੇ ਆਪ ਨੂੰ ਵੇਚ ਕੇ ਜਦ ਤੁਸੀਂ ਕੁੜੀਆਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਹੋ ਔਰ ਬਾਹਰ ਲਿਆ ਕੇ ਉਹ ਤੁਹਾਡੇ ਨਾਲ ਸੈਟਲ ਵੀ ਨਹੀਂ ਹੁੰਦੀਆਂ ਤੁਸੀਂ ਉਹਨਾਂ ਨੂੰ ਇੰਨਾ ਜ਼ਲੀਲ ਵੀ ਕਰਦੇ ਹੋ ਕਿ ਤੁਹਾਡੇ ਗ੍ਰੇਡ ਦੇ ਨਾਲ ਇਕੁਅਲ ਨਹੀਂ ਹੈਗੀਆਂ ਤੁਸੀਂ ਉਹਨਾਂ ਦਾ ਨਾਲ ਕਿੰਨਾ ਸੋਸ਼ਨ ਕਰਦੇ ਹੋ ਉਹਨਾਂ ਨੂੰ ਇੰਡੀਅਨ ਸਮਝ ਕੇ ਤੁਹਾਨੂੰ ਐਕਚੁਅਲੀ ਇਹ ਚੀਜ਼ ਐਨਆਰਆਈਸ ਨੂੰ ਪਤਾ ਹੈ ਕਿ ਜਿਹੜੇ ਉੱਥੇ ਦੇ ਲੋਕਲ ਕੁੜੀਆਂ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਥਿੰਕਿੰਗ ਬੋਏ ਥਿੰਕਿੰਗ ਹੁੰਦੀ ਹੈ ਜੋ ਬੌਰਨ ਬੱਚਿਆਂ ਦੀ ਐਨਆਰਆਈਸ ਦੀ ਜੋ ਵੈਸਟਰਨ ਪੀਪਲ ਦੀ ਥਿੰਕਿੰਗ ਹੈ ਉਹਨਾਂ ਦੀ ਥਿੰਕਿੰਗ ਵੀ ਉਹ ਹੁੰਦੀ ਹੈ ਤਾਂ ਆਪਣੇ ਬੰਦੇ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੇ ਐਟੀਟਿਊਡ ਉਹਨਾਂ ਦੇ ਨਖਰੇ ਔਰ ਇਹਨਾਂ ਦੇ ਅਗਰ ਆਪਣੇ ਗਰਲਫ੍ਰੈਂਡ ਬੁਆਏਫ੍ਰੈਂਡ ਰਿਲੇਸ਼ਨਸ਼ਿਪ ਓਪਨ ਰਿਲੇਸ਼ਨਸ਼ਿਪ ਕੁਝ ਵੀ ਹੁੰਦੇ ਵੀ ਹੈ ਤਾਂ ਵੀ ਪੇਰੈਂਟਸ ਨੂੰ ਇੱਕ ਪਤਾ ਹੁੰਦਾ ਕਿ ਅਸੀਂ ਇੰਡੀਆ ਤੋਂ ਵਿਆਹ ਕਰਵਾ ਕੇ ਲੈ ਆਣੀ ਹੈ ਸਾਨੂੰ ਇੰਨਾ ਪੈਸਾ ਤਾਂ ਮਿਲ ਜਾਣਾ ਨਾਲੇ ਇੱਕ ਬੰਦਾ ਮਿਲ ਜਾਣਾ ਸਾਨੂੰ ਸਾਰਾ ਦਿਨ ਕੰਮ ਕਰਨ ਲਈ ਕਰਦਾ ਸਾਡੀ ਦੇਖਭਾਲ ਕਰਨ ਦਾ ਔਰ ਉਹਦੇ ਬਾਅਦ ਚ ਸਾਡੇ ਮੁੰਡਾ ਚਾਹੇ ਡਰਗੀ ਹੈ ਚਾਹੇ ਨਸ਼ੇੜੀ ਹੈ ਚਾਹੇ ਜੋ ਮਰਜੀ ਹੈ ਜਾਂ ਕੁਝ ਵੀ ਹੈ ਤਾਂ ਤਾਂ ਵੀ ਸਾਨੂੰ ਜਿਹੜਾ ਹੈ ਇਹ ਇਨਕਮ ਸੋਰਸ ਆਫ ਇਨਕਮ ਹੈਗਾ ਤਾਂ ਮੈਂ ਉਹਨਾਂ ਨੂੰ ਉਹ ਦਿੰਦੀ ਆਂ ਆਪਣੇ ਅੰਦਰ ਦੇ ਜ਼ਮੀਰ ਨੂੰ ਜਗਾਓ ਆਪਣੇ ਆਪ ਨੂੰ ਖੁੱਲਕੇ ਪ੍ਰਦਰਸ਼ਨ ਕਰੋ ਕਿ ਤੁਹਾਡੀ ਡਿਮਾਂਡ ਕੀ ਹੈ ਆਪਣੇ ਆਪ ਨੂੰ ਤੁਸੀਂ ਬ੍ਰਾਂਡ ਟੈਗ ਔਰ ਰੇਟ ਟੈਗ ਤਾਂ ਲਗਾ ਲਿਆ اپنی اصلیت ਵੀ ਕੁੜੀ ਵਾਲਿਆਂ ਨੂੰ ਔਰ ਕੁੜੀਆਂ ਨੂੰ ਦੱਸੋ ਕਿ ਅਸੀਂ ਇਦਾਂ ਦੀ ਪਰਵਰਿਸ਼ ਪੱਲੇ ਵੱਡੇ ਹੋਏ ਆ ਸਾਡੀ ਇਦਾਂ ਦੀ ਥਿੰਕਿੰਗ ਹੈ ਉੱਥੇ ਤੁਹਾਨੂੰ ਕੋਈ ਹੈਲਪ ਨਹੀਂ ਮਿਲਣੀ ਉੱਥੇ ਤੁਸੀਂ ਘਰ ਦਾ ਸਾਰਾ ਕੰਮ ਕਰਨਾ ਹੈ ਔਰ ਜੌਬ ਕਰਨੀ ਹੈ ਪਲੱਸ ਤੁਸੀਂ ਬੱਚੇ ਪੈਦਾ ਕਰਨੇ ਹੈ ਉਹਨਾਂ ਦੇ ਦੇਖਭਾਲ ਕਰਨੀ ਹੈ ਔਰ ਤੁਸੀਂ ਮੇਰੀ ਫੈਮਲੀ ਦੀ ਵੀ ਦੇਖਭਾਲ ਕਰਨੀ ਹੈ ਔਰ ਤੁਸੀਂ ਡੌਰੀ ਵੀ ਲੈ ਕੇ ਆਣੀ ਹੈ ਤਕਰੀਬਨ 100000 ਡਾਲਰਸ ਜਾਂ 100000 ਪਾਉਂਡਸ ਜਾਂ ਵਾਟੇਵਰ ਇਟ ਇਜ਼ ਦ ਕਰੰਸੀ ਅਕੋਰਡਿੰਗ ਟੂ ਦ ਕੰਟਰੀ ਅਗਰ ਤੁਸੀਂ ਤੁਹਾਡੇ ਅੰਦਰ ਥੋੜ੍ਹਾ ਬਹੁਤਾ ਵੀ ਇਨਸਾਨੀਅਤ ਜਿੰਦਾ ਹੈ ਤਾਂ ਪਲੀਜ਼ ਇਹ ਚੀਜ਼ਾਂ ਬੰਦ ਕਰ ਦਿਓ ਕਿਉਂਕਿ ਇਹ ਚੀਜ਼ਾਂ ਦਾ ਕੋਈ ਰਿਜ਼ਲਟ ਨਹੀਂ ਹੈ ਤੁਸੀਂ ਬਹੁਤ ਚਲਾਕ ਹੋ ਪੰਜਾਬ ਦੀਆਂ ਕੁੜੀਆਂ ਤੁਹਾਡੇ ਤੋਂ ਵੀ ਜ਼ਿਆਦਾ ਚਲਾਕ ਨੇ ਉਹ ਵੀ ਤੁਹਾਡੇ ਨਾਲ ਸਿਰਫ ਉਹਨਾਂ ਹੀ ਦਿਨ ਰਹਿੰਦੀ ਹੈ ਜਦ ਤੱਕ ਉਹਨਾਂ ਨੂੰ ਪਾਸਪੋਰਟ ਨਹੀਂ ਮਿਲ ਜਾਂਦਾ ਪਾਸਪੋਰਟ ਮਿਲਣ ਤੋਂ ਬਾਅਦ ਉਹਨਾਂ ਨੂੰ ਵੀ ਤੁਹਾਡੇ ਤੋਂ ਕੋਈ ਡਰ ਨਹੀਂ ਲੱਗਦਾ ਔਰ ਉਹਨਾਂ ਨੂੰ ਕਿਸੇ ਤੋਂ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹ ਨਾ ਕੋਲ ਵੀ ਉਹੀ ਰਾਈਟ ਹੁੰਦੇ ਆ ਜੋ ਤੁਹਾਡੇ ਕੋਲ ਰਾਈਟ ਹੁੰਦੇ ਆ ਤਾਂ ਆਪਣੀ ਇੱਜ਼ਤ ਆਪਣੀ ਸਿਕਿਉਰਿਟੀ ਆਪਣਾ ਫਿਊਚਰ ਤੁਸੀਂ ਆਪਣੇ ਹੱਥ ਚ ਰੱਖ ਕੇ ਸੋਚੋ ਕਿਸੇ ਨੂੰ ਧੋਖਾ ਨਾ ਦਿਓ ਆਪਣੇ ਆਪ ਨੂੰ ਵੇਚੋ ਨਾ ਅਗਰ ਵਿਆਹ ਕਰਨਾ ਹੈ ਵਿਆਹ ਦੋ ਸ਼ਰੀਰਾਂ ਦਾ ਮਿਲਨ ਨਹੀਂ ਦੋ ਰੂਹਾਂ ਦਾ ਮਿਲਨ ਹੁੰਦਾ ਹੈ ਅਗਰ ਤੁਸੀਂ ਲਾਇਲ ਹੋ ਤਾਂ ਸਾਹਮਣੇ ਵਾਲਾ ਵੀ ਤੁਹਾਡੇ ਨਾਲ ਲਾਇਲ ਹੁੰਦਾ ਹੈ ਤੁਹਾਡੀ ਲਾਈਫ ਨੂੰ ਬਣਾਉਂਦਾ ਹੈ ਉਹ ਤੁਹਾਨੂੰ ਖੁਸ਼ੀ ਦਿੰਦਾ ਹੈ ਤੁਹਾਨੂੰ ਹਰ ਚੀਜ਼ ਤੋਂ ਸਪੋਰਟ ਕਰਦਾ ਹੈ ਅਗਰ ਤੁਸੀਂ ਝੂਠ ਬੋਲ ਕੇ ਆ ਗਏ ਹੋ ਫਿਆ ਕਰਵਾ ਕੇ ਤਾਂ ਤੁਹਾਡੀ ਜ਼ਿੰਦਗੀ ਚ ਕੀ ਹੋਏਗਾ ਸਿਰਫ ਕਲੇਸ਼ ਹੋਏਗਾ ਮੇਰੀ ਇੱਕ ਸਾਰੇ ਐਨਆਰਆਈਜ਼ ਮੁੰਡਿਆਂ ਕੇ ਰਿਕੁਐਸਟ ਹੈ ਪਲੀਜ਼ ਆਪਣੇ ਬ੍ਰਾਂਡ ਔਰ ਕੰਟਰੀ ਟੈਗ ਰੇਟ ਨੂੰ ਨਿਕਾਲ ਦਿਓ ਕਿਉਂਕਿ ਆਪਣੇ ਅੰਦਰ ਦੇ ਇਨਸਾਨ ਨੂੰ ਜ਼ਿੰਦਾ ਕਰੋ ਕਿ ਅਗਰ ਤੁਸੀਂ ਬਿਨਾ ਦਹੇਜ ਦੇ ਕਿਸੇ ਕੁੜੀ ਨੂੰ ਆਪਣੀ ਮਰਜ਼ੀ ਨਾਲ ਆਪਣੀ ਖੁਸ਼ੀ ਨਾਲ ਵਿਆਹ ਕਰਾ ਕੇ ਲੈਂਦੇ ਹੋ ਤਾਂ ਤੁਹਾਡੇ ਜ਼ਿੰਦਗੀ 'ਚ ਕਿੰਨੀਆਂ ਖੁਸ਼ੀਆਂ ਹੁੰਦੀਆਂ ਨੇ ਔਰ ਅਗਰ ਤੁਸੀਂ ਐਦਾਂ ਆਪਣੇ ਆਪ ਨੂੰ ਵੇਚ ਕੇ ਕਿਸੇ ਨੂੰ ਲੈ ਕੇ ਆਂਦੇ ਹੋ ਤਾਂ ਬਹੁਤ ਕੇਸ ਦੇਖੇ ਤੁਸੀਂ ਕਿਤੇ ਵੀ ਦੇਖ ਲਓ ਬਹੁਤ ਕੁਝ ਹੁੰਦਾ ਹੈ ਬਾਹਰ ਜਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਮਾਰਕੁੱਟ ਵੀ ਹੁੰਦੀ ਹੈ ਮੁੰਡੇ ਮਾਰਦੇ ਆਪਣੀ ਵਾਈਫ ਨੂੰ ਕੁੜੀਆਂ ਨੂੰ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਆਪਣੇ ਦੇਸ਼ ਚ ਪੰਜਾਬ ਦੇ ਵਿੱਚ ਮ ਦੇਖਿਆ ਕੁੜੀਆਂ ਨੂੰ ਕਿਤੇ ਜਾਣੇ ਨਹੀਂ ਦਿੱਤਾ ਜਾਂਦਾ ਉੱਥੇ ਕੋਈ ਰਾਈਟ ਹੀ ਨਹੀਂ ਹੈ ਜੋ ਇੰਜੋਏ ਕਰਦੇ ਆ ਸਾਰੇ ਮੁੰਡੇ ਕਰਦੇ ਆ ਔਰ ਅੱਜ ਕੱਲ ਮੈਂ ਦੇਖਿਆ ਕਿ ਕੁੜੀਆਂ ਪੰਜਾਬ ਦੇ ਵਿੱਚ ਜ਼ਿਆਦਾਤਰ ਮੈਨ ਜਿਹੜੇ ਹੈਗੇ ਉਹ ਬਾਹਰ ਨੇ ਕੁੜੀਆਂ ਔਰ ਮਾਵਾਂ ਹੀ ਕਰਨੇ ਤਾਂ ਬਹੁਤ ਜ਼ਿਆਦਾ ਉਹਦਾ ਵੀ ਫਾਇਦਾ ਉਠਾਇਆ ਜਾ ਰਿਹਾ ਹੈ ਕਿ ਅਗਰ ਤੋਂੜੇ ਬੁਆਏ ਫਰੈਂਡ ਡਰਗੀ ਨੇ ਤਾਂ ਉਹਨਾਂ ਦੇ ਨਾਲ ਤੁਸੀਂ ਕੁੜੀਆਂ ਵੀ ਡਰਗਸ ਲੈਣ ਲੱਗ ਗਈਆਂ ਨੇ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਗਈਆਂ ਨੇ ਸੰਗਤ ਦਾ ਅਸਰ ਐ ਪੈਸਾ ਬਹੁਤ ਜ਼ਿਆਦਾ ਹੈ ਉਹਦਾ ਕੋਈ ਕੰਟਰੋਲ ਨਹੀਂ ਹੈ ਤਾਂ ਇਹ ਸਾਰਾ ਕੁਝ ਕੀ ਹੋ ਰਿਹਾ ਹੈ ਮੈਂ ਕੁੜੀਆਂ ਨੂੰ ਵੀ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਤੁਸੀਂ ਵੀ ਸੁਧਰੋ ਆਪਣਾ ਕੈਰੀਅਰ ਬਾਰੇ ਸੋਚੋ ਕਿ ਫਿਊਚਰ ਕੀ ਹੈ ਅਗਰ ਤੁਸੀਂ ਇੰਡੀਆ ਚ ਡਰੱਗਸ ਲੈ ਰਹੇ ਹੋ ਔਰ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਐਨਆਰਆਈ ਨਾਲ ਵਿਆਹ ਕਰਕੇ ਬਾਹਰ ਜਾਓਗੇ ਤਾਂ ਤੁਸੀਂ ਅੱਗੇ ਉਹੀ ਕੁਝ ਕਰੋਗੇ ਤਾਂ ਉਹ ਕੁਝ ਹੋਣਾ ਨਹੀਂ ਹੈ ਕਿਉਂਕਿ ਜਿਹੜੇ ਮੁੰਡੇ ਬਾਹਰ ਸੈਟਲ ਹੋਏ ਆ ਉਹਨਾਂ ਨੇ ਡਰੱਗਸ ਲੈ ਕੇ ਸੈਟਲਮੈਂਟ ਨਹੀਂ ਕੀਤੀ ਹੋਈ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਹੱਡੀਆਂ ਤੋੜ ਕੇ ਪੈਸਾ ਕਮਾ ਕੇ ਉਹ ਸਟੇਟਸ ਲਈ ਹੁੰਦੀ ਹੈ ਤਾਂ ਉੱਥੇ ਵੀ ਅਗਰ ਤੁਸੀਂ ਸਿਰਫ ਇੰਜੋਏ ਕਰਨ ਲਈ ਵਿਆਹ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਗਲਤ ਹੈ ਕਿਉਂਕਿ ਮੈਂ ਡੌਰੀ ਦੇ ਬਹੁਤ ਜ਼ਿਆਦਾ ਖਿਲਾਫਾਂ ਔਰ ਮੁੰਡੇ ਵਾਲਿਆਂ ਨੂੰ ਵੀ ਇਹ ਚੀਜ਼ ਕਹਨੀ ਹੈ ਮੁੰਡੇ ਦੇ ਪੇਰੈਂਟਸ ਨੂੰ ਕਿ ਅਗਰ ਤੁਸੀਂ ਪੈਸਾ ਲਗਾ ਕੇ ਮੁੰਡੇ ਨੂੰ ਬਾਹਰ ਭੇਜਿਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਲੇਮ ਕਰੋ ਉਸ ਪੈਸੇ ਨੂੰ ਕੁੜੀ ਵਾਲਿਆਂ ਕੋਲੋਂ ਤਾਂ ਥੋੜਾ ਜਿਹਾ ਸਮਝੋ ਮੇਰੀ ਜੋ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਆਪਣੇ ਰੇਟ ਟੈਗ ਉਤਾਰੋ ਇਨਸਾਨੀਅਤ ਦਿਖਾਓ ਆਪਣੀ ਇੱਜ਼ਤ ਬਣਾਨੀ ਤਾਂ ਦੇ ਹੱਕ ਹੱਥ ਹੈ ਸੋਨਾ ਪਾ ਕੇ ਔਰ ਫਾਲਤੂ ਦੇ ਖਰਚੇ ਕਰਕੇ ਇੱਜ਼ਤ ਨਹੀਂ ਬੰਦੀ ਇੱਜ਼ਤ ਬਣਾ ਕੇ ਤਾਂ ਦੇਖੋ ਸੋਚ ਕੇ ਦੇਖੋ ਤੁਹਾਡੀ ਇੱਜ਼ਤ ਕਿੱਦਾਂ ਬੰਦੀ ਹੈ ਤੁਸੀਂ ਇੱਕ ਵਾਰ ਕੋਸ਼ਿਸ਼ ਤਾਂ ਕਰੋ ਸ਼ੁਰੂਆਤ ਤਾਂ ਕਰੋ ਕਿ ਇੱਜ਼ਤ ਕਿੱਦਾਂ ਹੁੰਦੀ ਹੈ ਇੱਜ਼ਤ ਕਿੰਨੂੰ ਕਹਿੰਦੇ ਆ ਕੋਈ ਐਨਆਰਆਈ ਬਿਨਾ ਵਿਆਹ ਪੈਸੇ ਦੇ ਵਿਆਹ ਕਰਕੇ ਲੈ ਕੇ ਆਏ ਔਰ ਫਿਰ ਉਹਨੂੰ ਨਿਊਜ਼ਪੇਪਰ ਚ ਦੋ ਉਹਨੂੰ ਐਡ ਕਰੋ ਕਿ ਹਾਂ ਅਸੀਂ ਇਦਾਂ ਕੀਤਾ ਹੈ ਭਰਾਓ ਤੁਸੀਂ ਵੀ ਕਰੋ ਤਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਗੰਦਗੀ ਹਟੇ ਇਹ ਜੋ ਪੈਸੇ ਦਾ ਜੋ ਖਲਾਰਾ ਪਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਗੰਦ ਪੈ ਚੁੱਕਿਆ ਹੈ ਉੱਥੇ ਔਰਤ ਦੀ ਕੋਈ ਵੈਲਿਊ ਨਹੀਂ ਹੈ ਕੋਈ ਇੱਜ਼ਤ ਨਹੀਂ ਰਹਿ ਗਈ ਤਾਂ ਕਿਸੇ ਨਾ ਕਿਸੇ ਨੂੰ ਤਾਂ ਇਹ ਸ਼ੁਰੂਆਤ ਕਰਨੀ ਹੈ ਔਰ ਮੈਂ ਇਸ ਸ਼ੁਰੂਆਤ ਨੂੰ ਕਰਨਾ ਚਾਹੁੰਦੀ ਆ ਮੇਰੇ ਜੋ ਭਰਾ ਐਨ ਆਰ ਆਈਜ਼ ਨੇ ਜਾਂ ਜੋ ਵੀ ਭਰਾ ਪੰਜਾਬ ਦੇ ਵਿੱਚ ਨੇ ਔਰ ਉਹ ਬਿਨਾਂ ਡੌਰੀ ਦੇ ਵਿਆਹ ਕਰਨਾ ਚਾਹੁੰਦੇ ਨੇ ਪਲੀਜ਼ ਮੇਰੇ ਗਰੁੱਪ ਵਿੱਚ ਐਡ ਹੋਵੋ ਔਰ ਅਸੀਂ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕਰੀਏ ਕਿ ਅਸੀਂ ਵਿਕਾਊ ਨਹੀਂ ਹਾਂ ਅਸੀਂ ਉਹ ਨਹੀਂ ਕਰਦੇ ਜੋ ਸਾਰੇ ਲੋਕ ਕਰਦੇ ਆ ਅਸੀਂ ਬਿਲਕੁਲ ਅਲੱਗ ਹਾਂ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੁੱਡ ਡੇ ਸਸਕੀਕਾਰ